ਆਓ ਅੱਜ ਆਪਾਂ ਸ਼ਾਬਦਿਕ ਸਵਾਲ ਹੱਲ ਕਰਨੇ ਸਿੱਖਾਂਗੇ ਦਿੱਤੇ ਗਏ ਸਵਾਲ ਨੂੰ ਪਹਿਲਾਂ ਅਧਿਆਪਕ ਪੜ੍ਹੇਗਾ ਫਿਰ ਗਰੁੱਪ ਵਿੱਚੋਂ ਕਿਸੇ ਇੱਕ ਬੱਚੇ ਨੂੰ ਪੜਨ ਲਈ ਕਹੇਗਾ ਤਾਂ ਦੇਖੋ ਦੋਸਤੋ ਸਵਾਲ ਇਹ ਹੈ ਕਿ ਰਾਜੂ ਕੋਲ 132 ਰੁਪਏ ਹਨ ਇਹ ਰਿਹਾ ਸੌਦਾ ਇੱਕ نوٹ 10 ਦੇ ਤਿੰਨ ਨੋਟ ਅਤੇ 1 ਰੁਪਏ ਦੇ ਦੋ ਨੋਟ ਪੂਰੇ 132 ਰੁਪਏ ਇਹ ਅਸੀਂ ਚਾਰ ਲੋਕਾਂ ਵਿੱਚ ਬਰਾਬਰ ਵੰਡਨੇ ਹਨ ਏ ਰਹੇ ਚਾਰ ਲੋਕ ਜਿਨ੍ਹਾਂ ਵਿੱਚ ਰੁਪਏ ਵੰਡਨੇ ਹਨ ਦੱਸੋ ਹਰੇਕ ਨੂੰ ਕਿੰਨੇ ਰੁਪਏ ਮਿਲਣਗੇ ਸਵਾਲ ਪੜ੍ਹ ਕੇ ਸਮਝ ਆਉਂਦਾ ਹੈ ਕਿ ਇਸ ਵਿੱਚ ਅਸੀਂ ਭਾਗ ਦੀ ਕਿਰਿਆ ਕਰਨੀ ਹੈ ਚਲੋ ਵੰਡਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾ 100 ਰੁਪਏ ਮਤਲਬ ਸੈਂਕੜਾ ਵੰਡਦੇ ਹਾਂ ਪਰੰਤੂ ਸਾਡੇ ਕੋਲ ਤਾਂ 100 ਰੁਪਏ ਦਾ ਇੱਕ ਹੀ ਨੋਟ ਹੈ ਜਿਸ ਨੂੰ ਆਪਾਂ 4 ਬਰਾਬਰ ਲੋਕਾਂ ਵਿੱਚ ਨਹੀਂ ਵੰਡ ਸਕਦੇ ਇਸ ਲਈ ਆਪਾਂ 100 ਰੁਪਏ ਦਾ ਖੁੱਲਾ ਕਰਵਾਉਂਦੇ ਹਾਂ 100 ਦੇ ਇੱਕ ਨੋਟ ਬਦਲੇ 10 ਦੇ 10 ਨੋਟ ਲੈਂਦੇ ਹਾਂ ਸਾਡੇ ਕੋਲ 10 ਰੁਪਏ ਦੇ ਪਹਿਲਾਂ ਹੀ ਤਿੰਨ ਨੋਟ ਸਨ ਇਸ ਕਰਕੇ ਸਾਡੇ ਕੋਲ 10 ਰੁਪਏ ਦੇ ਕੁੱਲ ਨੋਟ 13 ਹੋ ਗਏ ਹੁਣ ਇਹ 13 ਨੋਟਾਂ ਨੂੰ ਚਾਰ ਲੋਕਾਂ ਵਿੱਚ ਬਰਾਬਰ ਵੰਡਦੇ ਹਾਂ ਸਭ ਤੋਂ ਪਹਿਲਾਂ ਅਸੀਂ ਹਰੇਕ ਨੂੰ 10 ਰੁਪਏ ਦਾ ਇੱਕ ਇੱਕ ਨੋਟ ਦੇਵਾਂਗੇ ਪਰ ਕੀ ਸਾਡੇ 10 ਰੁਪਏ ਦੇ ਸਾਰੇ ਨੋਟ ਵੰਡੇ ਗਏ ਜਾਂ ਨਹੀਂ ਅੱਜ ਸਾਡੇ ਕੋਲ 10 ਦੇ ਨੋਟ 4 ਤੋਂ ਜ਼ਿਆਦਾ ਹਨ ਤਾਂ ਆਪਾਂ 2-2 ਨੋਟ ਵੰਡ ਕੇ ਦੇਖਦੇ ਹਾਂ 10 ਦੇ 2 ਨੋਟ ਹਰੇਕ ਨੂੰ ਦੇਣ ਤੋਂ ਵੀ ਸਾਡੇ ਕੋਲ 10 ਦੇ 4 ਤੋਂ ਜ਼ਿਆਦਾ ਨੋਟ ਬਚੇ ਹਨ ਇਸ ਕਰਕੇ ਆਪਾਂ ਸਭ ਨੂੰ 10 ਦੇ 3-3 ਨੋਟ ਦੇਖਦੇ ਹਾਂ 10 ਦੇ 3-3 ਨੋਟ ਹਰੇਕ ਨੂੰ ਦੇਣ ਤੇ ਅਸੀਂ 12 ਨੋਟ ਤਾਂ ਵੰਡ ਦਿੱਤੇ ਹਨ ਪਰ 10 ਦਾ ਇੱਕ ਨੋਟ ਬਚਿਆ ਹੈ ਜਿਸ ਨੂੰ ਚਾਰ ਲੋਕਾਂ ਵਿੱਚ ਬਰਾਬਰ ਨਹੀਂ ਵੰਡਿਆ ਜਾ ਸਕਦਾ ਇਸ ਕਰਕੇ ਅਸੀਂ 10 ਦਾ ਨੋਟ ਖੁੱਲਾ ਕਰਵਾਉਂਦੇ ਹਾਂ ਅਤੇ ਇੱਕ ਇੱਕ ਦੇ 10 ਨੋਟ ਲੈਂਦੇ ਹਾਂ ਤਾਂ ਹੁਣ ਸਾਡੇ ਕੋਲ 1 ਰੁਪਏ ਦੇ 12 ਨੋਟ ਹੋ ਗਏ ਕਿਉਂਕਿ ਸਾਡੇ ਕੋਲ 1 ਇੱਕ ਦੇ 2 ਨੋਟ ਪਹਿਲਾਂ ਵੀ ਸਨ ਚਲੋ ਹੁਣ ਆਪਾਂ 1 ਰੁਪਏ ਦੇ 12 ਨੋਟਾਂ ਨੂੰ ਚਾਰ ਲੋਕਾਂ ਵਿੱਚ ਬਰਾਬਰ ਵੰਡ ਕੇ ਦੇਖਦੇ ਹਾਂ ਸਭ ਤੋਂ ਪਹਿਲਾਂ ਅਸੀਂ ਸਾਰਿਆਂ ਨੂੰ 1 ਰੁਪਏ ਦਾ ਇੱਕ-ਇੱਕ ਨੋਟ ਦੇ ਕੇ ਦੇਖਦੇ ਹਾਂ ਕਿ ਸਾਡੇ 1 ਰੁਪਏ ਦੇ ਸਾਰੇ ਨੋਟ ਵੰਡੇ ਗਏ ਕਿ ਨਹੀਂ ਹੁਣ ਸਾਡੇ ਕੋਲ 1 ਰੁਪਏ ਦੇ 4 ਤੋਂ ਜ਼ਿਆਦਾ ਨੋਟ ਹਨ ਚਲੋ ਹੁਣ ਆਪਾਂ 2-2 ਨੋਟ ਵੰਡ ਕੇ ਦੇਖਦੇ ਹਾਂ 1 ਦੇ 2 ਨੋਟ ਹਰੇਕ ਨੂੰ ਦੇਣ ਤੇ ਸਾਡੇ ਕੋਲ 1 ਰੁਪਏ ਦੇ 4 ਤੋਂ ਜ਼ਿਆਦਾ ਨੋਟ ਬਾਕੀ ਹਨ ਇਸ ਲਈ ਇਸ ਵਾਰ ਅਸੀਂ 1-1 ਦੇ 3-3 ਨੋਟ ਦੇ ਕੇ ਦੇਖਦੇ ਹਾਂ 1 ਰੁਪਏ ਦੇ 3-3 ਨੋਟ ਸਾਰਿਆਂ ਨੂੰ ਦੇਣ ਤੇ ਅਸੀਂ 12 ਨੋਟ ਵੰਡ ਦਿੱਤੇ ਹਨ ਹੁਣ ਸਾਡੇ ਕੋਲ ਇੱਕ ਵੀ ਨੋਟ ਨਹੀਂ ਬਚਿਆ ਇਸ ਤਰ੍ਹਾਂ ਅਸੀਂ ਕੁੱਲ 132 ਰੁਪਏ 4 ਲੋਕਾਂ ਵਿੱਚ ਵੰਡੇ ਤਾਂ ਹਰੇਕ ਨੂੰ 10 ਦੇ 3 ਨੋਟ ਅਤੇ 1 ਰੁਪਏ ਦੇ 3 ਨੋਟ ਮਤਲਬ 33 ਰੁਪਏ ਮਿਲੇ ਚਲੋ ਇਸ ਸਵਾਲ ਨੂੰ ਭਾਗ ਦੇ ਫਰੇਮ ਵਿੱਚ ਹੱਲ ਕਰਦੇ ਹਾਂ ਤਾਂ ਰਾਜੂ ਦੇ ਕੋਲ ਕਿੰਨੇ ਰੁਪਏ ਹਨ 132 ਰੁਪਏ ਕਿੰਨੇ ਲੋਕਾਂ ਵਿੱਚ ਵੰਡਨੇ ਹਨ 4 ਲੋਕਾਂ ਵਿੱਚ ਇਸ ਲਈ 4 ਨੂੰ ਆਪਾਂ ਇੱਥੇ ਫਰੇਮ ਬਣਾ ਕੇ ਲਿਖਦੇ ਹਾਂ 132 ਨੂੰ ਆਪਾਂ ਇਕਾਈ ਅਤੇ ਸੈਂਕੜੇ ਵਿੱਚ ਵੰਡ ਲੈਂਦੇ ਹਾਂ ਸਭ ਤੋਂ ਪਹਿਲਾਂ 100 ਰੁਪਏ ਮਤਲਬ ਸੈਂਕੜਾ ਵੰਡਦੇ ਹਾਂ ਸਾਨੂੰ ਪਤਾ ਹੈ ਕਿ 100 ਰੁਪਏ ਦਾ ਨੋਟ 4 ਲੋਕਾਂ ਵਿੱਚ ਬਰਾਬਰ ਨਹੀਂ ਵੰਡ ਸਕਦੇ ਇਸ ਲਈ ਵੰਡਿਆ ਜ਼ੀਰੋ ਨੋਟ ਅਤੇ ਸਾਡੇ ਕੋਲ ਪੂਰਾ ਇੱਕ ਸੈਂਕੜਾ ਬਾਕੀ ਹੈ ਹਰੇਕ ਨੂੰ ਮਿਲਿਆ ਜ਼ੀਰੋ ਹੈ 100 ਦੇ ਨੋਟ ਨੂੰ 4 ਲੋਕਾਂ ਵਿੱਚ ਬਰਾਬਰ ਨਹੀਂ ਵੰਡ ਸਕਦੇ ਇਸ ਲਈ ਹੁਣ ਅਸੀਂ 100 ਦੇ ਇੱਕ ਨੋਟ ਬਦਲੇ 10 ਦੇ 10 ਨੋਟ ਲੈਂਦੇ ਹਾਂ ਦਹਾਈ ਦੇ ਘਰ ਵਿੱਚ ਪਹਿਲਾਂ ਹੀ 10 ਦੇ ਤਿੰਨ ਨੋਟ ਸਨ ਅਤੇ ਹੁਣ ਮਿਲਾ ਕੇ 10 ਦੇ 10 ਨੋਟ ਅਤੇ 3 ਨੋਟ 13 ਨੋਟ ਹੋ ਗਏ। ਹੁਣ ਰਾਜੂ 10 ਦੇ 13 ਨੋਟ ਚਾਰ ਲੋਕਾਂ ਵਿੱਚ ਬਰਾਬਰ ਵੰਡਦਾ ਹੈ। ਇਸ ਦੇ ਲਈ ਅਸੀਂ ਚਾਰ ਦਾ ਪਹਾੜਾ ਬੋਲਦੇ ਹਾਂ। 4 1 ਕਮ 4 ਮਤਲਬ ਹਰੇਕ ਨੂੰ ਮਿਲਿਆ 10 ਦਾ ਇੱਕ ਨੋਟ। ਪਰੰਤੂ ਅਜੇ ਸਾਡੇ ਕੋਲ 10 ਦੇ ਨੋਟ ਚਾਰ ਤੋਂ ਜ਼ਿਆਦਾ ਹਨ। ਇਸ ਲਈ ਅਸੀਂ ਪਹਾੜਾ ਅੱਗੇ ਪੜਾਂਗੇ। 4 2 8 ਮਤਲਬ ਹਰੇਕ ਨੂੰ ਦੱਸ ਦੇ 2-2 ਨੋਟ ਦੇਣ ਤੇ ਵੀ ਸਾਡੇ ਕੋਲ 4 ਤੋਂ ਜ਼ਿਆਦਾ 10 ਦੇ ਨੋਟ ਬਚੇ ਇਸ ਲਈ ਅਸੀਂ ਪਹਾੜਾ ਅੱਗੇ ਪੜਾਂਗੇ 4 3 12 ਭਾਵ ਹਰ ਇੱਕ ਨੂੰ 10 ਦੇ 3 ਨੋਟ ਦਿੱਤੇ ਅਤੇ ਅਸੀਂ ਵੰਡੇ ₹10 ਦੇ 12 ਨੋਟ ਪਰ ਕੀ ਅਸੀਂ 10 ਦੇ ਸਾਰੇ ਨੋਟ ਵੰਡ ਦਿੱਤੇ ਨਹੀਂ ਇੱਕ ਨੋਟ ਬਚ ਗਿਆ ਪਰ ਇਸ ਇੱਕ ਨੋਟ ਨੂੰ ਅਸੀਂ ਚਾਰ ਲੋਕਾਂ ਵਿੱਚ ਬਰਾਬਰ ਨਹੀਂ ਵੰਡ ਸਕਦੇ ਇਸ ਤਰ੍ਹਾਂ ਅਸੀਂ ਹਰੇਕ ਨੂੰ 10 ਦੇ ਤਿੰਨ ਨੋਟ ਦਿੱਤੇ ਅਤੇ 12 ਨੋਟ ਵੰਡ ਦਿੱਤੇ ਅਤੇ ਇੱਕ 10 ਦਾ ਨੋਟ ਬਾਕੀ ਰਹਿ ਗਿਆ ਕੀ ਸਾਡੇ ਕੋਲ 100 ਦਾ ਕੋਈ ਨੋਟ ਬਚਿਆ ਤਾਂ ਨਹੀਂ ਇਸ ਲਈ ਇੱਥੇ ਜ਼ੀਰੋ ਲਿਖਦੇ ਹਾਂ ਹੁਣ 10 ਦਾ ਇੱਕ ਨੋਟ ਜੋ ਰਾਜੂ ਨਹੀਂ ਵੰਡ ਪਾਇਆ ਉਸ ਨੂੰ ਖੁੱਲਾ ਕਰਵਾਉਂਦੇ ਹਾਂ ਦਸਤਾ ਇੱਕ نوٹ ਖੁੱਲਾ ਕਰਵਾਉਂਦੇ 1 ਰੁਪਏ ਦੇ ਕਿੰਨੇ ਨੋਟ ਮਿਲਣਗੇ ਇੱਕ ਇੱਕ ਦੇ 10 ਨੋਟ ਪਰੰਤੂ ਰਾਜੂ ਕੋਲ ਪਹਿਲਾਂ ਤੋਂ ਹੀ ਇੱਕ ਇੱਕ ਦੇ 9 2 ਨੋਟ ਸਨ ਇਹ ਦੋ ਨੋਟ ਅਤੇ ਦਹਾਈ ਨਾਲ ਮਿਲੇ ਤਾਂ 10 ਨੋਟ ਮਿਲਾ ਕੇ કુલ ਇੱਕ ਇੱਕ ਦੇ ਹੋ ਗਏ 12 ਨੋਟ ਅਸੀਂ 4 ਦਾ ਪਹਾੜਾ ਬੋਲਦੇ ਹਾਂ 4 1 4 ਮਤਲਬ ਹਰੇਕ ਨੂੰ ਇੱਕ ਇੱਕ نوٹ ਦੇਣ ਤੇ ਅਜੇ ਇੱਕ ਇੱਕ ਦੇ ਨੋਟ ਚਾਰ ਤੋਂ ਜ਼ਿਆਦਾ ਬਚੇ ਹਨ ਇਸ ਲਈ ਅਸੀਂ ਫਿਰ ਤੋਂ ਪਹਾੜਾ ਬੋਲਦੇ ਹਾਂ 4 ਦੂਣੀ 8 ਮਤਲਬ ਹਰੇਕ ਨੂੰ ਇੱਕ ਇੱਕ ਦੇ ਦੋ ਨੋਟ ਮਿਲੇ ਪਰੰਤੂ ਅਜੇ ਤਾਂ ਇੱਕ ਇੱਕ ਦੇ ਨੋਟ ਬਚੇ ਹਨ ਇਸ ਲਈ ਚਾਰ ਦਾ ਪਹਾੜਾ ਤਿੰਨ ਵਾਰ ਬੋਲਦੇ ਹਾਂ 4*3=12 ਮਤਲਬ ਹਰੇਕ ਨੂੰ 3 ਨੋਟ 4 ਦਾ ਪਹਾੜਾ 3 ਵਾਰ ਪੜ੍ਹੀਏ ਤਾਂ ਅਸੀਂ ਹਰੇਕ ਨੂੰ ਦਿੱਤੇ 3 ਨੋਟ ਅਤੇ ਅਸੀਂ ਵੰਡੇ 12 ਨੋਟ ਇਸ ਤਰ੍ਹਾਂ 1 ਦੇ 12 ਨੋਟ 4 ਲੋਕਾਂ ਵੀ ਬਰਾਬਰ ਵੰਡਣ ਤੇ ਹਰੇਕ ਨੂੰ ਮਿਲੇ ₹1 ਦੇ 3 ਨੋਟ ਅਸੀਂ ਵੰਡੇ 12 ਨੋਟ ਅਤੇ ਬਾਕੀ ਕੁਝ ਨਹੀਂ ਬਚਿਆ ਹਰੇਕ ਨੂੰ ਮਿਲੇ ₹33 ਰਾਜੂ ਦੇ 132 ਰੁਪਏ 4 ਲੋਕਾਂ ਵਿੱਚ ਬਰਾਬਰ-ਬਰਾਬਰ ਵੰਡਣ ਤੇ ਹਰੇਕ ਨੂੰ 33 ਰੁਪਏ ਮਿਲੇ। ਹੁਣ ਤੁਸੀਂ ਅਲੱਗ-ਅਲੱਗ ਸੰਖਿਆਵਾਂ ਨਾਲ ਭਾਗ ਕਰੋ।